ਹਾਂ ਦੇਖ ਜਾਣਦੇ 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 ਹਾਂ ਸਿੱਧੇ ਅਸਲਾਮ ਵਾਲੇਕੁਮ ਵੀਬਰ, ਅੱਜ ਅਸੀਂ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਪਿੰਡ 123-15 ਜਿੱਥੇ ਸਾਨੂੰ ਇਨਵਾਈਟ ਕੀਤਾ ਹੈ ਮੁਹੰਮਦ ਸ਼ਾਨ ਸਾਹਿਬ ਨੇ। ਅਸਲਾਮ ਵਾਲੇਕੁਮ ਜੀ, ਅੱਜ ਅਸੀਂ ਆਪਣੇ ਹਾਂ ਲਹਿੰਦੇ ਪੰਜਾਬ ਦੇ ਪਿੰਡ 123-15 ਸਿਆਲਾਂ ਵਾਲੀ 'ਚ। ਗੱਲ ਕਰੀਏ ਇਸ ਪਿੰਡ ਦੀ ਤਾਂ ਇਸ ਪਿੰਡ ਦੀ ਇੱਕ ਵੱਡੀ ਪਹਿਚਾਣ ਇੱਥੇ ਵੱਸਦੇ ਵੱਡੇ ਬਜ਼ੁਰਗ ਪੀਰ ਆਸ਼ਕ ਹੁਸੈਨ ਗਲਾਨੀ ਸਾਹਿਬ, ਇਸ ਦਾ ਨਾਮ ਉਹਨਾਂ ਦੀ ਮਾਰਫਤ ਤੋਂ ਵੀ ਜਾਣਿਆ ਜਾਂਦਾ ਹੈ। ਇਸ ਪਿੰਡ ਨੂੰ ਆਸ਼ਕਾਬਾਦ ਸ਼ਰੀਫ ਵੀ ਕਿਹਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਵੀਡੀਓ ਅੰਦਰ ਦੱਸਾਂਗੇ ਪਿੰਡ ਦੀਆਂ ਬਰਾਦਰੀਆਂ ਬਾਰੇ, ਇੱਥੇ ਕਿਹੜੀ ਕਿਹੜੀ ਬਰਾਦਰੀ ਆਬਾਦ ਹੈ ਅਤੇ ਇੱਥੋਂ ਦੇ ਲੋਕ ਕੀ ਕਰਦੇ ਨੇ, ਅਤੇ ਇਸ ਪਿੰਡ ਦਾ ਰਹਿਣ ਸਹਿਣ ਅਸੀਂ ਸਾਰਾ ਤੁਹਾਨੂੰ ਵਿਖਾਵਾਂਗੇ ਇਸ ਵੀਡੀਓ ਅੰਦਰ। ਅਤੇ ਵੀਡੀਓ ਨੂੰ ਵੇਖਣਾ ਐਂਡ ਤੱਕ, ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਇਹ ਪਿੰਡ ਦਾ ਮੇਨ ਚੌਂਕ ਹੈ, ਇਸ ਚੌਂਕ ਨੂੰ ਰਕਸ਼ਿਆਂ ਵਾਲਾ ਚੌਂਕ ਵੀ ਕਿਹਾ ਜਾਂਦਾ ਹੈ, ਅਤੇ ਇਸ ਪਿੰਡ ਦੇ ਬਾਜ਼ਾਰ ਕਾਫੀ ਵੱਡੇ ਵੱਡੇ ਅਤੇ ਖੁੱਲ੍ਹੇ ਨਜ਼ਰ ਆਏ ਸਾਨੂੰ। ਇਸ ਪਿੰਡ 'ਚ ਦੋ ਸਕੂਲ ਨੇ, ਇੱਕ ਮੁੰਡਿਆਂ ਵਾਲਾ ਇੱਕ ਕੁੜੀਆਂ ਵਾਲਾ, ਦੋਵੇਂ ਸਕੂਲ 8ਵੀਂ ਤੱਕ ਨੇ। ਇੱਥੇ ਪੜ੍ਹਾਈ ਬਹੁਤ ਘੱਟ ਦੇਖਣ ਨੂੰ ਨਜ਼ਰ ਆਈ। ਫਿਰ ਅਸੀਂ ਆਪਣੇ ਹਜ਼ਰਤ ਬਾਬਾ ਸੈਯਦ ਆਸ਼ਕ ਹੁਸੈਨ ਗਲਾਨੀ ਰਹਿਮਤੁੱਲਾ ਅਲੇ ਦੇ ਦਰਬਾਰ ਪਹੁੰਚ ਕੇ ਅਸੀਂ ਸਾਰੇ ਦਰਬਾਰ ਨੂੰ ਵੇਖਿਆ, ਜਿਹੜਾ ਕਿ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਸੀ। ਅਤੇ ਉਹਦੇ ਸਹਿਣ ਵਿੱਚ ਇੱਕ ਵੱਡਾ ਬੋਹੜ ਦਾ ਦਰਖਤ ਹੈ। ਉਸ ਤੋਂ ਬਾਅਦ ਅਸੀਂ ਪਹੁੰਚੇ ਦਰਬਾਰ ਅੰਦਰ, ਜਿੱਥੇ ਅਸੀਂ ਫਾਤਿਹਾਨੀ ਕੀਤੀ ਅਤੇ ਦੁਆ ਮੰਗੀ। ਇੱਥੇ ਆ ਕੇ ਬਹੁਤ ਅੱਛਾ ਲੱਗਿਆ ਅਤੇ ਦਿਲ ਨੂੰ ਬਹੁਤ ਹੀ ਸਕੂਨ ਮਿਲਿਆ। ਦੁਆ ਤੋਂ ਫਾਰਗ ਹੋਣ ਤੋਂ ਬਾਅਦ ਅਸੀਂ ਪਹੁੰਚੇ ਪਿੰਡ 'ਚ ਲੱਗੇ ਮੇਲੇ ਅੰਦਰ, ਜਿੱਥੇ ਦੂਰ ਦਰਾਜ ਤੋਂ ਲੋਕ ਵੇਖਣ ਆਏ ਹੋਏ ਸਨ ਮੇਲਾ। ਇੱਥੇ ਸਾਨੂੰ ਚੰਦ ਨੌਜਵਾਨ ਬੀਨੀ ਫੜਨ ਦਾ ਮੁਕਾਬਲਾ ਕਰਦੇ ਨਜ਼ਰ ਆਏ ਅਤੇ ਆਪਣੇ ਆਪਣਾ ਜ਼ੋਰ ਅਜ਼ਮਾਈ ਕਰਦੇ ਨਜ਼ਰ ਆਏ। ਹਾਂ
ਜਿੰਦਾ ਰਹਿ ਆਰਾਮ ਨਾਲ। ਓਏ ਹੌਸਲਾ ਹੌਸਲਾ। ਫਿਰ ਅਸੀਂ ਆਪਣੇ ਪਿੰਡ ਦੇ ਲੱਗੇ ਦੂਜੇ ਪਿੰਡਾਂ ਵਾਲ ਅੰਦਰ ਜਿੱਥੇ ਕਿ ਮੁਖਤਲਿਫ ਜ਼ਿਲ੍ਹਿਆਂ ਤੋਂ ਆਏ ਬੱਚਿਆਂ ਦੀ ਦੌੜ ਹੋ ਰਹੀ ਸੀ ਤੇ ਮਾਲਕ ਆਪਣੇ ਆਪਣੇ ਬੱਚੇ ਦੌੜਾ ਰਹੇ ਸਨ। ਬੱਚਿਆਂ ਦਾ ਜ਼ੋਰ ਜ਼ਮਾਈ ਵੇਖਣ ਵਾਸਤੇ ਅਸੀਂ ਵੀ ਉੱਥੇ ਸ਼ਾਮਲ ਹੋਏ। ਬਿਸਮਿਲ੍ਲਾ ਕਰਾਂ ਜੀ ਹਾਜੀ ਸਾਹਿਬ ਮੁਬਾਰਕ ਹੋਵੇ, ਹਾਜੀ ਸਾਹਿਬ ਮੁਬਾਰਕ ਹੋਣੀ ਜੀ। ਬਿਸਮਿਲ੍ਲਾ ਕਰਾਂ ਮੀਆਂ ਮੁਹੰਮਦ ਸ਼ਰੀ ਮਰਾਈ, ਮੀਆਂ ਮੁਹੰਮਦ ਸ਼ਰੀ ਮਰਾਈ, ਜ਼ਿਲ੍ਹਾ ਮੁਲਤਾਨ, ਮੇਰੀ ਜਿੰਦ ਮੇਰੀ ਜਾਨ, ਸੋਹਣਾ ਪਾਕਿਸਤਾਨ ਜੀ। ਦੂਸਰਾ ਇਨਾਮ ਜੀ 10,000 ਮਸੂਲ ਕਰਾਂ ਜੀ। ਬਿਸਮਿਲ੍ਲਾ ਕਰਾਂ ਹਾਜੀ ਸਾਹਿਬ ਮੁਬਾਰਕ ਹੋਣੀ ਮੀਆਂ ਸਾਹਿਬ 10,000 ਜੀ। ਮੈਂ ਹਲਾ ਯਾਰ ਸਿਆਸ
ਮਾਰ ਵਾਲਾ ਯਾਰ ਸਿਆਲ ਬਾਨੀਆ ਜਲਸਾ ਤੀਸਰਾ ਨੰਬਰ ਜੀ 8000 ਵਸੂਲ ਕਰੋ ਜੀ ਬਿਸਮਿਲਲਾ ਚਲੋ ਮਾਰ ਵਾਲਾ ਯਾਰ ਸਿਆਲ ਅੱਲਾ ਸਲਾਮਤ ਰੱਖੀ ਚੌਕ ਠਿਕਾਨ ਬਸਤਾ ਰਹੇ ਜੀ ਜੀ ਬਿਸਮਿਲਲਾ ਕਰਾ ਮਾਰ ਵਾਲਾ ਯਾਰ ਸਿਆਲ ਮੁਬਾਰਕ ਹੋਵੀ ਮਾਰ ਵਾਲਾ ਯਾਰ ਚੌਥਾ ਨੰਬਰ ਜੀ ਮਲਕ ਮੁਹੰਮਦ ਯੂਸਫ ਫਾਰਾ 7000 ਰੁਪਇਆ ਦਾ ਫੋਨ ਕਰਾ ਜੀ ਮਲਕ ਮੁਹੰਮਦ ਯੂਸਫ ਫਾਰਾ ਫਿਰ ਅਸੀਂ ਆਪਣੇ ਪਿੰਡ ਅੰਦਰ ਲੱਗੇ ਮੇਲੇ ਦੇ ਬਾਜ਼ਾਰਾਂ ਵਿੱਚ ਜਿੱਥੇ ਸਾਨੂੰ ਨਜ਼ਰ ਆਏ ਮੁਖਤਲਿਫ ਤਰ੍ਹਾਂ ਦੇ ਖਿਡੌਣੇ ਤੇ ਮੁਖਤਲਿਫ ਤਰ੍ਹਾਂ ਦੇ ਖਲੋਤਿਆਂ ਦੇ ਲੱਗੇ ਬਾਜ਼ਾਰ ਫਿਰ ਅਸੀਂ ਪਹੁੰਚੇ ਇੱਕ ਜਲੇਬੀਆਂ ਵਾਲੀ ਦੁਕਾਨ ਤੇ ਜਿੱਥੇ ਇੱਕ ਬੰਦਾ ਤਾਜ਼ੀਆਂ ਜਲੇਬੀਆਂ ਬਣਾ ਰਿਹਾ ਸੀ ਜਿਹੜੀਆਂ ਕਿ ਕਿਸੇ ਵੀ ਮੇਲੇ ਤੇ ਉੱਥੇ ਦੀ ਮਸ਼ਹੂਰ ਸੁਗਾਤ ਹੁੰਦੀਆਂ ਨੇ ਲੋਕ ਆਉਂਦੇ ਨੇ ਉੱਥੇ ਬਹਿ ਕੇ ਵੀ ਖਾਂਦੇ ਨੇ ਤੇ ਆਪਣੇ ਆਪਣੇ ਘਰਾਂ ਨੂੰ ਵੀ ਲੈ ਕੇ ਜਾਂਦੇ ਨੇ ਤਾਜ਼ਾ ਜਲੇਬੀਆਂ ਬਣਦੀਆਂ ਸਨ ਤੇ ਨਾਲ ਹੀ ਉਹਦੇ ਪਕੌੜਿਆਂ ਨਾਲ ਬਾਬਾ ਵੀ ਬੈਠਾ ਆਪਣੇ ਪਕੌੜੇ ਲਾਏ ਸਜਾਈ ਉਸ ਤੋਂ ਅੱਗੇ ਇੱਕ ਬਾਬਾ ਗਰਮੀ ਦੀ ਵਜ੍ਹਾ ਤੋਂ ਠੰਡਾ ਪਾਣੀ ਲਾਈ ਬੈਠਾ ਸੀ ਫਿਰ ਅਸੀਂ ਪਹੁੰਚੇ ਖਿਡੌਣਿਆਂ ਦੀਆਂ ਦੁਕਾਨਾਂ ਤੇ ਜਿੱਥੇ ਅਸੀਂ ਵੇਖੇ ਬੱਚੇ ਆਪਣੇ ਵੱਡਿਆਂ ਨਾਲ ਆਏ ਹੋਏ ਸਨ ਤੇ ਰੰਗਾ ਰੰਗ ਖਿਡੌਣੇ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਸਜਾਏ ਹੋਏ ਸੀ ਆਪਣੀਆਂ ਦੁਕਾਨਾਂ ਅੰਦਰ ਦੁਕਾਨਾਂ ਵੇਖ ਕੇ ਦਿਲ ਖੁਸ਼ ਹੋ ਗਿਆ ਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਸਾਨੂੰ ਮੇਲੇ ਤੋਂ ਲੱਭਦੀਆਂ ਨੇ ਉਹ ਸਾਰੀਆਂ ਕੁਛ ਬਚਪਨ ਦੀਆਂ ਯਾਦਾਂ ਸਾਨੂੰ ਬਹੁਤ ਕੁਛ ਵੇਖਣ ਨੂੰ ਮਿਲਿਆ ਤੇ ਇਸ ਪਿੰਡ ਅੰਦਰ ਇੱਕ ਵੱਡੀ ਮਸਜਿਦ ਹੈ ਫਿਰ ਅਸੀਂ ਮਸਜਿਦ ਦੇ ਅੰਦਰ ਪਹੁੰਚੇ ਸਾਰੀ ਮਸਜਿਦ ਨੂੰ ਲਾਈਟਿੰਗ ਨਾਲ ਸਜਾਇਆ ਜਾ ਰਿਹਾ ਸੀ ਜਿਹੜੀ ਕਿ ਵੇਖਣ 'ਚ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ਫਿਰ ਅਸੀਂ ਪਹੁੰਚੇ ਪੀਰ ਜੰਦਨ ਸ਼ਾਹ ਦੇ ਦਰਬਾਰ ਜਿਨ੍ਹਾਂ ਦਾ ਉਰਸ ਸੀ ਅਤੇ ਉਹਨਾਂ ਦਾ ਹੀ ਮੇਲਾ ਲੱਗਿਆ ਹੋਇਆ ਸੀ ਉਹਨਾਂ ਦੇ ਦਰਬਾਰ ਪਹੁੰਚੇ ਹਾਜ਼ਰੀ ਉੱਥੇ ਦਿੱਤੀ ਲੋਕ ਦੂਰੋਂ ਦੂਰੋਂ ਆਏ ਹੋਏ ਸਨ ਉਹਨਾਂ ਦੇ ਮੁਰੀਦ ਅਤੇ ਹਾਜ਼ਰੀ ਦੇ ਰਹੇ ਸਨ ਆਪਣੇ ਪੀਰਾਂ ਦੇ ਜੀ ਅਸੀਂ ਵੀ ਹਾਜ਼ਰੀ ਦਿੱਤੀ ਅਤੇ ਹਾਜ਼ਰੀ ਦੇਣ ਤੋਂ ਬਾਅਦ ਅਸੀਂ ਆਪਣੇ ਮਾਰ ਅੱਲਾ ਬਖਸ਼ ਸਿਆਲ ਇਸ ਤੋਂ ਬਾਅਦ ਅਸੀਂ ਪਹੁੰਚੇ ਮਾਰ ਅੱਲਾ ਬਖਸ਼ ਸਿਆਲ ਸਾਹਿਬ ਉਹਨਾਂ ਦੇ ਡੇਰੇ 'ਤੇ ਡੇਰਾ ਵੇਖ ਕੇ ਬਹੁਤ ਹੀ ਖੂਬਸੂਰਤ ਲੱਗਿਆ ਸਾਨੂੰ ਅਤੇ ਨਾਲ ਹੀ ਅਸੀਂ ਸੱਪ ਦਾ ਤਮਾਸ਼ਾ ਵੇਖਿਆ ਜਿੱਥੇ ਇੱਕ ਬੰਦਾ ਕਾਲੇ ਨਾਗ ਦੀ ਜੋੜੀ ਲਈ ਬੈਠਾ ਸੀ ਅਤੇ ਉਹਨੇ ਸਾਨੂੰ ਨਾਗ ਬਾਰੇ ਦੱਸਿਆ ਸਾਰਾ ਕੁਝ ਅਤੇ ਨਾਗ ਦਾ ਤਮਾਸ਼ਾ ਵਿਖਾਇਆ ਇਹ ਵੇਖਣ 'ਤੇ ਬਹੁਤ ਖਤਰਨਾਕ ਲੇਕਿਨ ਇਹ ਉਹਨਾਂ ਦਾ ਕੰਮ ਹੈ ਉਹਨਾਂ ਨੇ ਸਾਨੂੰ ਕਾਫੀ ਕੁਛ ਇਸ ਵੀਡੀਓ ਅੰਦਰ ਸੱਪਾਂ ਬਾਰੇ ਦੱਸਿਆ ਇੱਥੇ ਰਹਿ ਆਹ ਤੇਰੀ ਕਾਰ ਹੁਣ ਬਣੀ ਹੈ ਸਹੀ ਲੜ ਤੇ ਲੱਗ ਰਿਹਾ ਪਹਿਲੇ ਤੁਹਾਡਾ ਲਾ ਰਿਹਾ ਗ੍ਰਾਸ ਚੁੱਕ ਕਰਕੇ
ਮਜ਼ਰ ਕੋ ਲੈ ਉਹ ਇੱਕ ਹੈ ਵੀ ਸੀ ਉਹ ਵੀ ਮਰ ਗਿਆ। ਅੱਛਾ ਇਹ ਸਾਰੇ ਕਿਹੜਾ ਕਿਹੜਾ ਵਾ ਸਾਹਿਬ? ਇਹ ਕੋਬਰਾ ਹੀ ਨੇ ਤੇ ਉਹ ਜਿਹੜਾ ਵਿੱਚ ਪਿਆ ਨਾਲ ਉਹ ਦੋ ਮੂਈ। ਅੱਛਾ ਉਹਨੂੰ ਦੋ ਮੂਈ ਕਹਿੰਦੇ ਨੇ? ਹਾਂ ਇਹਦੇ ਵਾਕਈ ਦੋ ਹੁੰਦੇ ਨੇ? ਨਹੀਂ ਇਹ ਇੱਕ ਵਸੇ ਕਹਾਣੀ ਬਣੀ ਹੋਈ ਹੈ। ਅੱਛਾ ਤੇ ਇਹ ਤੁਸੀਂ ਫੜੇ ਕਿੱਥੋਂ ਨੇ? ਅੱਛਾ ਇਹ ਤੁਹਾਡੇ ਕੋਲ ਮਤਲਬ ਕੀ ਕਿਸ ਤਰ੍ਹਾਂ ਫੜਦੇ ਕਿਸ ਤਰ੍ਹਾਂ ਤੁਸੀਂ? ਇਹ ਕੋਈ ਯਾਨੀ ਕਿ ਤੁਹਾਡੇ ਕੋਲ ਇਹਨਾਂ ਨੂੰ ਫੜਨ ਦਾ ਕੋਈ ਫਾਰਮੂਲਾ ਹੈ ਕੀ ਜਿਸ ਤਰ੍ਹਾਂ ਤੁਹਾਡੇ ਸਬਲ ਹੁੰਦੇ ਨੇ ਉਹਨਾਂ ਨਾਲ ਫੁੱਡ ਪੱਟ ਲਈਦਾ? ਅੱਛਾ ਜੀ ਤੇ ਇਹ ਫਿਰ ਇਹ ਅੰਦਰ ਜ਼ਹਿਰ ਖਤਮ ਕਰਨ ਵਾਸਤੇ ਕੀ ਕਰਦੇ ਹੋ? ਉਹ ਦੇ ਸਬਲ ਨਾਲ ਹੀ ਉਸੇ ਕੱਢੀ ਜਾਂ ਇਹਨਾਂ ਦੇ ਸਾਈਡਾਂ ਤੇ ਚਾਰ ਚਾਰ ਦੰਦ ਹੁੰਦੇ ਨੇ। ਅੱਛਾ ਉਹ ਮੁੱਢੋਂ ਰੱਖ ਕੇ ਕੱਟਦੇ ਜੀ। ਯਾਨੀ ਕਿ ਫਿਰ ਉਹ ਦੰਦ ਤੋੜ ਦਿੰਦੇ ਹੋ ਤੁਸੀਂ? ਹਾਂ ਜੀ। ਤੇ ਇਹਨਾਂ ਦੀ ਖੁਰਾਕ ਕੀ ਹੈ, ਕੀ ਪਾਉਂਦੇ ਹੋ ਇਹਨਾਂ ਨੂੰ? ਖੁਰਾਕ ਇਹ ਜੀ ਵੀ ਛੋਟੀ ਉਹ ਜਿਹੜੀ ਹੈ ਬੱਕਰੇ ਦੀ। ਅੱਛਾ ਤੇ ਇਹ ਜਿਹੜੀ ਕਹਾਣੀ ਬਣੀ ਹੋਈ ਕਿ ਦੁੱਧ ਵੀ ਪੀਂਦੇ ਨੇ, ਵਾਕਈ ਪੀਂਦੇ ਨੇ? ਪੀਂਦੇ ਨੇ, ਬਲਕਿ ਇਹਨਾਂ ਨੇ ਖੁਰਾਕ ਹੀ ਸਵਾ ਮਹੀਨੇ ਬਾਅਦ ਖਾਣੀ ਹੁੰਦੀ। ਅੱਛਾ ਕਿਉਂ ਜੀ? ਇਹਨਾਂ ਦੇ ਵਿੱਚ ਕੋਈ ਉਜਰੀ ਨਹੀਂ, ਅੰਦਰਾਂ ਕੋਈ ਨਹੀਂ, ਸਿਰਫ ਹੱਡੀ ਦੀ ਸੰਗਲੀ ਹੈ ਜਿਹਦੇ ਵਿੱਚ ਇਹਨਾਂ ਨੇ ਆਜ਼ਮ ਕਰਨਾ। ਅੱਛਾ ਯਾਨੀ ਕਿ ਘੱਟ ਖਾਏ ਬਗੈਰ ਜ਼ਿੰਦਾ ਰਹਿ ਲੈਂਦੇ ਨੇ ਜ਼ਿਆਦਾ ਦੇਰ ਤੱਕ? ਅੱਛਾ ਜੀ, ਯਾਨੀ ਕਿ ਅਗਰ 40 ਦਿਨ ਨਾ ਕੁਛ ਖਾਣ ਤੇ ਤਾਂ ਵੀ ਜ਼ਿੰਦਾ ਰਹਿ ਲੈਣਗੇ? ਜ਼ਿੰਦਾ ਰਹਿ ਸਹੀ। ਤੇ ਇਹ ਤੁਹਾਨੂੰ ਡਰ ਵਗੈਰਾ ਨਹੀਂ ਲੱਗਦਾ ਤੁਸੀਂ ਫੜਦੇ ਹੋ? ਹਾਂ, ਤੋਂ ਸਾਡਾ ਕਾਰੋਬਾਰ ਹੀ ਇਹ ਨਾ। ਸਹੀ, ਯਾਨੀ ਕਿ ਜਿਹੜੇ ਤੁਹਾਡੇ ਵੱਡੇ ਸੀ ਉਹ ਵੀ ਇਹੀ ਕੰਮ ਕਰਦੇ ਰਹੇ ਨੇ? ਸਹੀ। ਤੇ ਇਹ ਫਿਰ ਜਿਹੜੀ ਬੀਨ ਵਾਲਾ ਵਾ, ਇਹ ਵਾਕਿਆ ਨੂੰ ਬੀਨ ਤੇ ਕੁਛ ਹੁੰਦਾ ਅਸਰ ਕਿ ਨਹੀਂ ਆ, ਬਸ ਇੱਕੋ ਇੱਕ ਤਮਾਸ਼ਾ ਹੈ? ਇਹ ਦੱਸ ਮੈਂ ਹੱਥ ਅੱਗੇ ਕਰੀ ਰੱਖਾਂਗਾ ਤੇ ਹੱਥ ਤੇ ਵੀ ਇਹ ਤੇ ਘੁੰਮਦਾ ਰਹੇਗਾ। ਅੱਛਾ, ਤੇ ਯਾਨੀ ਕਿ ਇਹਨੇ ਬੀਨ ਤੁਸੀਂ ਵੈਸੇ ਵਜਾਉਂਦੇ ਹੁੰਦੇ ਹੋ, ਇਹ ਇਸ਼ਾਰਾ ਹੱਥ ਦਾ ਹੀ ਸਮਝਦਾ ਜੀ? ਬੀਨ ਵੀ ਐਂ ਕਰੀ ਰੱਖਣੀ, ਉਹਨੇ ਅੱਗੇ ਝੂਲੀ ਰੱਖਣਾ। ਅੱਛਾ, ਤੇ ਇਹਨੂੰ ਕਹਿ ਦਿੰਦੇ ਨੇ ਕਿ ਜੀ ਸੱਪ ਬੀਨ ਤੇ ਨੱਚ ਰਿਹਾ ਹੈਗਾ? ਤੇ ਮਸਤ ਹੋ ਗਿਆ। ਠੀਕ, ਨੋ ਮੋਰ। ਸਹੀ। ਇਹ ਹੁਣ ਦੂਸਰੀ ਚੀਜ਼ ਹੈ ਜਿਹੜੇ ਇਹਨਾਂ ਨੇ ਆਪਣੀ ਉਪਰੋਂ ਕੰਜ ਜੀ ਲਾਈ ਹੋਈ ਹੈ ਨਾ, ਕਿ ਲਾ ਰਿਹਾ ਹਲੇ? ਇਹ ਹੁਣ ਲਾਉਂਦਾ ਪਿਆ, ਇਹ ਹਲੇ ਇਹਦੀ ਜਿਹੜੀ ਉਹ ਕੇਚਵੀ ਜੀ ਹਲੇ ਲਾਉਂਦਾ ਪਿਆ। ਅੱਛਾ, ਤੇ ਇਹ ਦੋ ਮੂਹੀ ਹੈ, ਇਹ ਤੇ ਬਗੈਰ ਉਹਦੇ ਤੋਂ ਹੁੰਦੀ ਹੈ ਨਾ ਜ਼ਹਿਰ ਤੋਂ? ਇਹ ਦਮੂਹੀ ਚ ਤੇ ਜ਼ਹਿਰ ਨਹੀਂ ਨਾ ਹੁੰਦੀ? ਹੁਣ ਆਪਣੇ ਇੱਕ 100 ਇੱਥੇ 100 ਰਾਈਆਂ ਵਾਲੇ ਚ ਬੰਦਾ ਹੈ। ਅੱਛਾ, ਉਹ ਵੀ ਇਹਨੇ ਵੀਡੀਓ ਬਣਾਉਂਦਾ ਹੈ ਸੱਪਾਂ ਦੀ। ਅੱਛਾ, ਉਹ ਵੀ ਨੈਟ ਤੇ ਹੀ ਦਿੰਦਾ ਹੈ ਪਿਆ, ਉਹ ਤਾਂ ਬੜੇ ਅਖਾੜੇ ਬਣਾ ਬਣਾ ਕੇ ਉਹ ਕਰਦਾ ਹੈ। ਅੱਛਾ, ਉਹਦੇ ਨਾਲ ਕਦੇ ਮੁਲਾਕਾਤ ਹੋਈ ਹੈ ਤੁਹਾਡੀ? ਉਹ ਏਜ ਵੀ ਸਾਡੇ ਨਾਲ ਕਈ ਵੇਰਾ ਅਸੀਂ ਵੀਡੀਓ ਨਾਲ ਕਰਾਈ, ਇੱਥੇ ਆਉਂਦਾ ਰਿਹਾ। ਅੱਛਾ ਅੱਛਾ। ਅਸਲਾਮ ਅਲੈਕੁਮ ਵੀਬਰ, ਅੱਜ ਅਸੀਂ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਪਿੰਡ 123-15 ਜਿੱਥੇ ਸਾਨੂੰ ਇਨਵਾਈਟ ਕੀਤਾ ਮੁਹੰਮਦ ਸ਼ਾਨ ਸਾਹਿਬ ਨੇ, ਤੇ ਇੱਥੇ ਸਾਡੀ ਮੁਲਾਕਾਤ ਮਾਰ ਅੱਲਾ ਬਖਸ਼ ਨਾਲ ਹੋਈ ਹੈ, ਜਿਹੜੇ ਸਾਬਕਾ ਇਸ ਪਿੰਡ ਦੇ ਨੰਬਰਦਾਰ ਰਹਿ ਚੁੱਕੇ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹ ਆਪਣੇ ਇਸ ਵੀਡੀਓ ਰਾਹੀਂ ਸਾਰੀ ਮਾਲੂਮਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਹ ਤੁਹਾਨੂੰ ਦੱਸਣਗੇ ਇਸ ਪਿੰਡ ਬਾਰੇ। ਅਸਲਾਮ ਅਲੈਕੁਮ। ਵਾਲੇਕੁਮ ਅੰਕਲ, ਅਸੀਂ ਆਏ ਹਾਂ ਫਰਕ ਵਲੋਗ ਚੈਨਲ ਯੂਟਿਊਬ ਦਾ ਮੇਰਾ ਉਹਨਾਂ ਵੱਲੋਂ, ਤੇ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਇਸ ਪਿੰਡ ਬਾਰੇ, ਪਿੰਡ ਬਾਰੇ ਮਾਲੂਮਾਤ ਲਾਂਗੇ, ਤੁਸੀਂ ਆਪਣੀ ਜ਼ਬਾਨੀ ਵੀਡੀਓ ਰਾਹੀਂ ਸਾਡੇ ਵੇਖਣ ਵਾਲਿਆਂ ਨਾਲ ਇਹ ਗੱਲਾਂ ਸ਼ੇਅਰ ਕਰਨੀਆਂ ਨੇ। ਇਹ ਪਿੰਡ ਕਦੋਂ ਦਾ ਬਣਿਆ ਹੋਇਆ ਹੈ, ਕਦੋਂ ਆਬਾਦ ਹੈ? ਆਬਾਦ ਹੋਇਆ ਜੀ 1912 ਦਾ ਬਣਿਆ ਹੋਇਆ। ਹਾਂਜੀ, ਜਦੋਂ 1947 ਦੀ ਇਹ ਵੰਡ ਪਈ ਸੀ ਇੰਡੀਆ ਦੀ ਤੇ ਪਾਕਿਸਤਾਨ ਲਹਿਦਾ ਲਹਿਦਾ ਹੋਏ ਸਨ। ਹਾਂਜੀ, ਤੇ ਇਸ ਤੋਂ ਪਹਿਲਾਂ ਇੱਥੇ
ਹੁਣ ਸਿੱਖ ਬਾਦ ਸਿੱਖ ਬਾਦ ਅੱਛਾ ਜੀ ਸਿੱਖ ਸੀ ਤੇ ਹੋਰ ਕੋਈ ਹਿੰਦੂ ਵਗੈਰਾ ਦੇ ਘਰ ਵੀ ਸੀ ਹਾਂਜੀ ਹਾਂਜੀ ਈਸਾਈ ਵਗੈਰਾ ਅੱਛਾ ਅੱਛਾ ਯਾਨੀ ਕਿ ਜਦੋਂ ਫਿਰ ਉਹ ਵੰਡ ਪਈ ਉਹ ਇੱਥੋਂ ਵਾਪਸ ਇੰਡੀਆ ਚਲੇ ਗਏ ਤੇ ਜਿਹੜੇ ਆਪਣੇ ਲੋਕ ਸੀ ਉਹ ਇੱਧਰ ਆਏ ਨੇ ਬਾਦ ਹੋ ਗਏ ਤੁਸੀਂ ਵੀ ਉਦੋਂ ਇੱਧਰ ਆਏ ਹੋਏ ਹੋ ਕਿ ਤੁਸੀਂ ਮੁਕਾਮੀ ਹੋ ਇੱਥੋਂ ਦੇ ਪਹਿਲਾਂ ਦੇ ਰਹਿਣ ਦੇ ਪਹਿਲਾਂ ਅੱਛਾ ਅੱਛਾ ਯਾਨੀ ਕਿ ਤੁਸੀਂ ਇੱਥੋਂ ਦੇ ਪਹਿਲੇ ਦੇ ਰਹਿਣ ਵਾਲੇ ਹੋ ਤੇ ਇੱਥੇ ਕਿੰਨੀ ਕੁ ਆਬਾਦੀ ਸੀ ਜਦੋਂ ਯਾਨੀ ਕਿ ਇਹ ਬਣਿਆ ਇਹ ਪਿੰਡ ਬਣਿਆ ਯਾਨੀ ਜਦੋਂ ਬਣਿਆ ਉਦੋਂ ਤਾਂ ਚਾਂਦ ਲੋਕ ਆ ਅੱਛਾ ਜੀ ਤੇ ਹੁਣ ਤਕਰੀਬਨ 10,000 ਹੈ ਆਬਾਦੀ ਹੁਣ ਹਾਜ਼ਰ ਟਾਈਮ ਦੀ ਆਬਾਦੀ 10,000 ਹੈ ਹਾਂਜੀ ਸਹੀ ਤੇ ਤੁਸੀਂ ਇਹਨੇ ਇੱਥੇ ਇਸ ਪਿੰਡ ਚ ਕਿੰਨੀ ਦੇਰ ਨੰਬਰਦਾਰੀ ਕੀਤੀ ਹੈ ਤਕਰੀਬਨ 30 ਸਾਲ 30 ਸਾਲ ਦੇ ਹੁਣ ਇਸ ਟਾਈਮ ਹਾਜ਼ਰ ਨੰਬਰਦਾਰ ਕੌਣ ਹੈ ਹਾਜ਼ਰ ਨੰਬਰਦਾਰ ਅਮਨ ਸੁਜਾਵਲ ਅੱਛਾ ਜੀ ਕੌਮ ਸਬਾਨਾ ਸੇ ਔਰ ਅੱਛਾ ਜੀ ਤੇ ਦੂਸਰਾ ਮੰਮਾ ਇਮਰਾਨ ਠੀਕ ਹੋ ਗਿਆ ਸਬਾਨਾ ਸੇ ਤੇ ਇੱਥੋਂ ਦੇ ਲੋਕ ਜ਼ਿਆਦਾਤਰ ਕੀ ਕੰਮ ਕੰਮ ਕਰਦੇ ਨੇ ਜ਼ਿਆਦਾਤਰ ਜ਼ਿੰਮੇਦਾਰ ਰਕਬਾ ਕਾਸ਼ ਕਰਦੇ ਅੱਛਾ ਅੱਛਾ ਤੇ ਇੱਥੋਂ ਦੇ ਨਾਮ ਮਤਲਬ ਹੈ ਨੇ ਜਿਹੜੇ ਪੀਰ ਸਾਹਿਬ ਪੀਰ ਆਸ਼ਿਕ ਹੁਸੈਨ ਗਲਾਨੀ ਹਾਂਜੀ ਇਹ ਉਹਨਾਂ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹਾਂਜੀ ਹਾਂਜੀ 123 ਆਸ਼ਿਕਾਬਾਦ ਸ਼ਰੀਫ ਅੱਛਾ ਆਸ਼ਿਕਾਬਾਦ ਸ਼ਰੀਫ ਦੇ ਨਾਮ ਦੀ ਜਾਂ ਕਹਿ ਲਓ ਕਿ ਕਈ ਚੱਕ ਪੀਰਾਂ ਲਈ ਵੀ ਮਸ਼ਹੂਰ ਹੈਗੀ ਜੀ ਜੀ ਫਿਰ ਉਹਨਾਂ ਸਾਨੂੰ ਇਸ ਪਿੰਡ ਅੰਦਰ ਆਬਾਦ ਬਰਾਦਰੀਆਂ ਬਾਰੇ ਦੱਸਿਆ ਉਹਨਾਂ ਸਾਨੂੰ ਦੱਸਿਆ ਇਸ ਪਿੰਡ ਅੰਦਰ ਸਿਆਲ ਬਰਾਦਰੀ ਅਤੇ ਹਮਜਾਨਾ ਬਰਾਦਰੀ ਵੱਡੀ ਗਿਣਤੀ 'ਚ ਨੇ ਅਤੇ ਨਾਲ ਨਾਲ ਇਸ ਪਿੰਡ ਅੰਦਰ ਸ਼ੇਖਾਨਾ ਬਰਾਦਰੀ ਗੜਗਾਨਾ ਬਰਾਦਰੀ ਵੀ ਆਬਾਦ ਏ ਅਤੇ ਸਾਰੇ ਬਰਾਦਰੀਆਂ ਵਾਲੇ ਇਕੱਠੇ ਮਿਲ ਜੁਲ ਕੇ ਰਹਿੰਦੇ ਨੇ ਅਤੇ ਇਸ ਪਿੰਡ ਦੀ ਆਬਾਦੀ ਬਾਰੇ ਪਹਿਲੇ ਜਿਵੇਂ ਗੱਲ ਹੋ ਰਹੀ ਸੀ ਉਹਨਾਂ ਸਾਨੂੰ ਦੱਸਿਆ ਕਿ ਇਸ ਪਿੰਡ ਦੀ ਆਬਾਦੀ ਬਹੁਤ ਥੋੜ੍ਹੀ ਹੈ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਜਿਹੜੇ ਹੁਣ ਹਾਜ਼ਰ ਟਾਈਮ ਗੱਡੀ ਨਸ਼ੀਨ ਨੇ ਇੱਥੋਂ ਦੇ ਉਹ ਕੌਣ ਨੇ ਪੀਰ ਸਾਹਿਬ ਉਹ ਸੈਯਦ ਪੀਰ ਦਿਲਦਾਰ ਹੁਸੈਨ ਗਲਾਨੀ ਦਿਲਦਾਰ ਹੁਸੈਨ ਗਲਾਨੀ ਇਹ ਯਾਨੀ ਕਿ ਫਿਰ ਜਦੋਂ ਸਭ ਤੋਂ ਪਹਿਲਾਂ ਇੱਥੇ ਸਨ ਪੀਰ ਆਸ਼ਿਕ ਹੁਸੈਨ ਗਲਾਨੀ ਸਾਹਿਬ ਫਿਰ ਉਹਨਾਂ ਤੋਂ ਬਾਅਦ ਕਿਹਦੇ ਕੋਲ ਆਈ ਗੱਡੀ ਉਹਨਾਂ ਤੋਂ ਬਾਅਦ ਉਹਨਾਂ ਦੇ ਬੇਟਾ ਪੀਰ ਨੂਰ ਹੁਸੈਨ ਅੱਛਾ ਜੀ ਉਹ ਵਫਾਤ ਪਾ ਗਏ ਠੀਕ ਹੋ ਗਿਆ ਹੁਣ ਉਹਨਾਂ ਦਾ ਬਾਈ ਹੈ ਛੋਟਾ ਸੈਯਦ ਦਿਲਦਾਰ ਹੁਸੈਨ ਗਲਾਨੀ ਅੱਛਾ ਜੀ ਇਹ ਮੇਰਾ ਖਿਆਲ ਇਹ ਵੀ ਅੱਗੋਂ ਉਹਨਾਂ ਦੇ ਬੱਚੇ ਹੀ ਨੇ ਹਾਂਜੀ ਹਾਂਜੀ ਇਹ ਬਾਬੇ ਆਸ਼ਿਕ ਹੁਸੈਨ ਦੇ ਸੈਯਦ ਸ਼ਹਬਾਜ਼ ਹੁਸੈਨ ਗਿਲਾਨੀ ਬੇਟੇ ਕਿਉਂਕਿ ਮੰਗਿਆ ਹੀ ਬਹੁਤ ਜ਼ਿਆਦਾ ਹੋ ਗਈ ਪਾਣੀ ਖਾਦਾਂ ਸਪਰੇ ਵਗੈਰਾ ਉਹ ਜ਼ਿਆਦਾ ਮੰਗੀਆਂ ਜਿਹੜੀ ਸਾਡੀ ਪੈਦਾਵਾਰ ਹੈ ਉਹਦੀ ਕੀਮਤ ਕੰਮ ਨੇ ਸਾਨੂੰ ਸਹੂਲਤ ਹੋਣੀ ਚਾਹੀਦੀ ਕਿਸਾਨ ਨੂੰ
ਯਾਨੀ ਕਿ ਤਰੱਕੀ ਦੇ ਲਿਹਾਜ਼ ਨਾਲ ਫਿਰ ਵੇਖਿਆ ਜਾਵੇ ਹਲੇ ਤੇ ਬਹੁਤ ਫਿਰ ਪਿੱਛੇ ਜਾ ਰਿਹਾ, ਬਹੁਤ ਪਿੱਛੇ ਜਾ ਰਿਹਾ ਸਾਡਾ ਪਿੰਡ। ਅਸੀਂ ਵੇਖਿਆ ਹੈਗਾ ਇਸ ਪਿੰਡ ਦੀ ਆਬਾਦੀ ਹੁਣ ਲਗਭਗ ਕਿੰਨੀ ਕੁ ਹੋਣੀ? ਤਕਰੀਬਨ 10,000 ਦੇ, 10,000 ਦੇ ਹੈ ਲਗਭਗ। ਠੀਕ ਹੋ ਗਿਆ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਗੱਲਬਾਤ ਕਰਕੇ। ਠੀਕ, ਬਹੁਤ ਮਿਹਰਬਾਨੀ ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ। ਕਈ ਵਾਰ ਸਾਡੇ ਨਾਲ ਮਾਂ ਸਾਹਿਬ ਗੱਲ ਸ਼ੇਅਰ ਕਰ ਰਹੇ ਸਨ, ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਲਾਜ਼ਮੀ ਕਰਕੇ ਦੱਸਣਾ, ਵੀਡੀਓ ਨੂੰ ਲਾਈਕ ਕਰਨਾ। ਅਗਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ, ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਦਿੱਤੇ ਗਏ ਬੈਲ ਆਈਕਨ ਦੇ ਬਟਨ ਨੂੰ ਲਾਜ਼ਮੀ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਰ ਵਕਤ ਪਹੁੰਚਦੀ ਰਹੇ।